ਮੈਂ ਹਰਿੰਦਰਪਾਲ ਸੂਬਾ ਪ੍ਰਦਾਨ ব্রাহ্মণ ਸਮਾਜ ਵੈਲਫੇਅਰ ਫਰੰਟ ਪੰਜਾਬ ਵੱਲੋਂ ਪਿਛਲੇ 3 ਸਾਲ ਤਿੰਨ ਮਹੀਨੇ ਤਿੰਨ ਸਾਲ ਤੋਂ ব্রাহ্মণ ਪ੍ਰਾਈ ਬੋਰਡ ਤੇ ਸੰਸਕ੍ਰਿਤ ਵਿਦਿਆਲੇ ਦੀ ਖੋਲਣ ਦੀ ਤੇ ਸੰਸਕ੍ਰਿਤ ਭਾਸ਼ਾ ਨੂੰ ਪੀਟੈਟ ਚ ਪਾਉਣ ਦੀ ਮੰਗ ਤੇ ਸੰਘਰਸ਼ ਕਰ ਰਹੇ ਹਾਂ ਪਰ ਪੰਜਾਬ ਸਰਕਾਰ ਨੇ ব্রাহ্মণ ਸਮਾਜ ਨੂੰ ਅਣਗੌਲਿਆ ਕਰਕੇ ਰੱਖਿਆ ਹੋਇਆ ਹੈ ਜਾਗੋ ਲਹਿਰ ਜੋ ਸਾਡੇ ਸਮਾਜ ਵੱਲੋਂ ਚਲਾਈ ਜਾ ਰਹੀ ਹੈ ਉਹਦੇ ਤਹਿਤ ਅੱਜ ਇੱਕ ਰੋਸ ਮਾਰਚ ਕੀਤਾ ਗਿਆ ਤਾਂ ਕਿ ਸਰਕਾਰ ਨੂੰ ਖਲੂਨਾ ਦੇ ਦਈਏ ਵੀ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਨੇ ਜੇ ਹੋਰ ਵੋਟ ਬਣ ਸਕਦੇ ਨੇ ਸਾਨੂੰ ਕਿਸੇ ਨਾਲ ਉਹ ਨਹੀਂ ਗੁਮੁਖਤ ਜਾਤੀ ਵੋਟ ਬਣ ਸਕਦਾ ਫਲਾਈ ਵੋਟ ਕੰਬੋ ਫਲਾਈ ਵੋਟ ਬਣ ਸਕਦੇ ਨੇ ਪਰ ਸਾਡੇ ਨਾਲ ਇਹ ਤੱਕਾ ਕਿਉਂ ਹੈ ਅਸੀਂ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਕਿ ਜੇ ਸਾਡੀ ਇਹ ਮੰਗ ਪੂਰੀ ਨਾ ਕੀਤੀ ਤਾਂ ਅਸੀਂ 2022 ਦੇ ਵਿੱਚ ਬ੍ਰਾਹਮਣ ਸਮਾਜ ਵੈਲਫੇਅਰ ਫਰੰਟ ਪੰਜਾਬ ਕੋਈ ਫੈਸਲਾ ਲੈਣ ਵਾਸਤੇ ਮਜਬੂਰ ਹੋਏਗਾ ਤੇ ਉਹਦਾ ਅਸੀਂ ਕੋਈ ਨਾ ਕੋਈ ਲੋਕਾਂ ਨੂੰ ਇਸ ਚੀਜ਼ ਦਾ ਲੋਕਾਂ ਨੂੰ ਕੋਈ ਚੰਗੀ ਚੀਜ਼ ਲੈ ਕੇ ਦੇਾਂਗੇ ਤਾਂ ਕਿ ਬ੍ਰਾਹਮਣ ਸਮਾਜ ਬਲੰਧੀਆਂ ਤੇ ਜਾਵੇ ਆਉਣ ਵਾਲੇ ਸਮੇਂ ਚ ਪੂਰਾ ਤਕੜਾ ਤਲਕ ਜੇ ਪੰਜਾਬ ਸਰਕਾਰ ਸਾਡੀ ਮੰਗਾਂ ਨਹੀਂ ਮੰਨਦੀ ਕਿਉਂਕਿ ਪਿਛਲੇ ਜਦੋਂ ਐਮਪੀ ਇਲੈਕਸ਼ਨ ਸੀ ਐਮਪੀ ਦੇ ਇਲੈਕਸ਼ਨ ਦੇ ਵਿੱਚ ਮੁੱਖ ਮੰਤਰੀ ਸਾਭੀ ਧਰਮ ਪਤਨੀ ਕੈਪਟਨ ਅਮਨਿੰਦਰ ਸਿੰਘ ਜੀ ਦੀ ਮਹਾਰਾਣੀ ਪ੍ਰਨੀਤ ਕੌਰ ਸਾਡੇ ਨਾਲ ਆ ਕੇ ਸਾਡੇ ਸੰਗਠਿਤ ਹੋਈ ਕੱਟ ਨੂੰ ਸੰਬੋਧਨ ਕਰਕੇ ਸਾਡੇ ਨਾਲ ਵਾਅਦਾ ਕਰਕੇ ਗਏ ਸੀ ਵੀ ਬ੍ਰਾਹਮਣ ਵੋਟ ਤੇ ਸਪੋਰਟ ਕਰਨ ਮੈਂ ਪਾਰਲੀਮੈਂਟ ਜਿੱਤਣ ਤੋਂ ਬਾਅਦ ਪੰਜਾਬ ਸਰਕਾਰ ਤੋਂ ਭਲਾਈ ਬੋਰਡ ਬਣਵਾ ਕੇ ਦੇਣ ਦੀ ਪਾਬੰਦ ਹੋਵਾਂਗੀ ਪਰ 3 ਸਾਲ ਹੋ ਗਏ ਉਹ ਲਾਰੇ ਲੱਪਿਆਂ ਜੀ ਸਾਡਾ ਸਮਾਂ ਨਿਕਲ ਰਿਹਾ ਅੱਜ ਤੁਹਾਡੇ ਚੈਨਲ ਦੇ ਮਾਧਿਅਮ ਦਰਾਂ ਹੀ ਜਿੰਨੇ ਤੁਸੀਂ ਸਾਥੀ ਪ੍ਰੈਸ ਵਾਲੇ ਇਕੱਠੇ ਹੋਏ ਹੋ ਉਹਦੇ ਬਾਵਜੂਦ ਜਿੰਨਾ ਸਾਡਾ ਇਕੱਠ ਹੈ ਸਮੁੱਚੀ ਬਲਾਦਰੀ ਦੀ ਪੰਚਾਇਤ ਹੋਈ ਹੈ ਆਉਣ ਵਾਲੀ ਜਿਹੜੀ 2022 ਹੈ ਉਹ ਕਾਂਗਰਸ ਦੇ ਖਿਲਾਫ ਬਿਲਕੁਲ ਝੰਡਾ ਚੱਕ ਕੇ ਜਿਹੜਾ ਬੁਲੰਦ ਰਹੇਗਾ ਕਾਂਗਰਸ ਦੇ ਅੰਗੇਸ਼ਟ ਵੋਟ ਪਾਵਾਂਗੇ ਤੇ ਘਰ ਘਰ ਹਲਕ ਜਗਾਵਾਂਗੇ ਜਾ ਕੇ ਜਿੱਥੇ ਸਾਡਾ ਸਨਾਤਨੀ ਹਿੰਦੂ ਬ੍ਰਾਹਮਣ ਬੈਠਾ ਹੋਏਗਾ ਵੀ ਕ ਕਾਂ ਬ੍ਰਾਹਮਣ ਆਪਣਾ ਜਿਹੜਾ ਮੈਦਾਨ ਚ ਆਏਗਾ ਹਜੇ ਵੀ ਪੰਜਾਬ ਸਰਕਾਰ ਕੋਲ ਸਮਾਂ ਹੈ ਇਸ ਸਮੇਂ ਨੂੰ ਰਹਿੰਦੇ ਹੋਏ ਜਿਹੜੀ ਸਾਡੀ ਮੰਗ ਆ ਸਾਡਾ ਹੱਕ ਆ ਜਮੂਰੀਅਤ ਹੱਕ ਨੂੰ ਸਾਡੀ ਝੋਲੀ ਚ ਪਾਏ ਸਾਡਾ ਭਲਾਈ ਬੋਰਡ ਬਣਾ ਕੇ ਦਏ ਨਹੀਂ ਤਾਂ ਨਤੀਜੇ ਭੁਗਤਣ ਲਈ ਤਿਆਰ ਰਹੇ ਬਿਲਕੁਲ ਸਹੀ ਐ ਕਿ ਪਿਛਲੇ 3 ਸਾਲਾਂ ਤੋਂ ਇਗਨੋਰ ਕਰਿਆ ਜਾ ਰਿਹਾ ਹੈ ਤਾਂ ਇਹ ਸਿਰਫ ਅਸੀਂ ਪਟਿਆਲੇ ਜ਼ਿਲ੍ਹੇ ਵੱਲੋਂ ਕਰਿਆ ਇਹ ਪੂਰੀ ਸਾਡੀ ਪੰਜਾਬ ਦੇ ਵਿੱਚ ਗਰਾਊਂਡ ਲੈਵਲ ਦੇ ਉੱਤੇ ਆ ਮੇਰੇ ਹੱਥ ਦੇ ਵਿੱਚ ਮੈਮੋਰੰਡਮ ਤੇ ਪਟਿਆਲੇ ਜ਼ਿਲ੍ਹੇ ਦੇ ਵਿੱਚੋਂ ਇਹ ਹਜ਼ਾਰ ਘਰਾਂ ਦੇ ਸਾਈਨ ਪਏ ਨੇ ਸਾਡੇ ਗਰਾਊਂਡ ਲੈਵਲ ਤੇ ਸਾਡੇ ਜਰਨਲ ਸਖਤਰ ਸਾਡੇ ਸੂਬਾ ਪ੍ਰਧਾਨ ਨੇ ਤੇ ਬਾਕੀ ਸਾਡੀ ਸਾਰੀ ਟੀਮ ਨੇ ਘਰ ਘਰ ਜਾ ਕੇ ਕਰਾਏ ਨੇ ਸੋ ਉਹਨਾਂ ਦੇ ਕਹਿਣ ਦਾ ਮਤਲਬ ਬਿਲਕੁਲ ਸਹੀ ਸੀ ਕਿ ਇਹ ਕੱਲੀ ਬਟਿਆਲੇ ਜ਼ਿਲ੍ਹੇ ਦੀ ਹੈ ਤੇ ਇਸ ਦੂਬਾਤ ਤਾਂ ਅਸੀਂ ਅਲਖ ਪੂਰੇ ਪੰਜਾਬ ਤੋਂ ਜਗਾ ਕੇ ਆਵਾਂਗੇ ਜੇ ਸਾਡਾ ਭਲਾਈ ਬੋਰਡ ਬਣਾਇਆ ਨਾ ਗਿਆ ਤੇ ਸਹੀ ਗੱਲ ਹੈ ਕਿ ਸਰਕਾਰ ਲਵੇ ਹਾਲੇ ਸਮੇ ਹੈ ਇਸ ਬਾਤ ਨੂੰ ਇਗਨੋਰ ਨਾ ਕਰਿਆ ਜਾਵੇ ਕਿਉਂਕਿ ਬਿਲਕੁਲ ਪਿਛਲੇ 3 ਸਾਲਾਂ ਤੋਂ ਅਸੀਂ ਬਾਰ-ਬਾਰ ਆਵਾਜ਼ ਦੇ ਰਹੇ ਹਾਂ ਤਾਂ ਅੱਜਾ ਗਰਾਊਂਡ ਲੈਵਲ ਤੇ ਸਾਡੇ ਹੱਥ 'ਚ ਪਏ ਨੇ ਕੋਈ ਮੈਂ ਗੱਲੀਬਾਤ ਹੀ ਨਹੀਂ ਇਹ ਲੋਕਾਂ ਦੇ ਸਾਈਨ ਸਮੇਤ ਨੰਬਰ ਸਮੇਤ ਐਡਰੈਸ ਆ ਤੁਸੀਂ ਉਹਨਾਂ ਦੀ ਹੈਂਡਰਾਈਟਿੰਗ ਚ ਦੇਖ ਸਕਦੇ ਹੋ ਇੱਕ ਹੁੰਦਾ ਨਾ ਆਪਾਂ ਕੰਪਿਊਟਰ ਦਾ ਡਾਟਾ ਦੇ ਦਿੰਨੇ ਆ ਨੋ 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 ਗਰਾਊਂਡ ਲੈਵਲ ਤੇ ਸਾਡੇ ਪ੍ਰਧਾਨ ਜਰਨਲ ਸਕੱਤਰ ਸੈਕਟਰੀ ਬਾਕੀ ਇਹਨਾਂ ਦੀ ਮਿਹਨਤ ਹੈ ਇਹ ਸੜਕੇ ਤੁਸੀਂ ਦੇਖ ਸਕਦੇ ਹੋ ਅੱਜ ਸਾਡੇ ਹੱਥ ਚ ਹੈ ਹਜ਼ਾਰ ਘਰ ਜਾਣੀ ਕਿੰਨੇ ਪਰਿਵਾਰ ਹੋਗੇ ਤੁਸੀਂ ਸੋਚੋ ਅੱਗੇ ਤਾਂ ਇਹ ਹੁਣ ਪਟਿਆਲੇ ਜ਼ਿਲ੍ਹੇ ਚੋਂ ਲਹਿਰ ਚਲਾਈ ਹੈ ਇਹਨਾਂ ਨੇ ਜਾਗੋ ਲਹਿਰ ਤੇ ਪੂਰੇ ਪੰਜਾਬ ਚ ਜਲਦੀ ਦੇਖਿਓ ਕਿਵੇਂ ਫੈਲਦੀ ਹੈ ਤੇ ਪੂਰੇ ਪੰਜਾਬ ਚੋਂ ਐ ਮੁਜਾਰੇ ਹੋਣਗੇ ਸਾਡੇ ਬ੍ਰਾਹਮਣਾਂ ਵੱਲੋਂ ਬ੍ਰਾਹਮਣ ਇਕਤਾ ਜਿੰਦਾਬਾਦ